ਮਜੀਠਾ ਰੋਡ ਵਿਖੇ ਆਫੀਆ ਰਿਕਾਰਡਸ ਦੇ ਦਫ਼ਤਰ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਸੂਫੀ ਗਾਇਕ ਡਾਕਟਰ ਜਗਜੀਤ ਜੱਸੀ ਦਾ ਨਵਾਂ ਗਾਣਾ ਅੱਲਾ ਖੈਰ ਕਰੇ ਰਿਲੀਜ਼ ਕੀਤਾ ਗਿਆ। ਇਹ ਗਾਣਾ ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਨੇ ਰਿਲੀਜ਼ ਕੀਤਾ। ਇਸ ਮੌਕੇ ਮਸ਼ਹੂਰ ਟੀਵੀ ਐਕਟਰ ਅਰਵਿੰਦਰ ਪੱਟੀ, ਮੈਨੇਜਰ ਸੋਨੂ ਹੁੰਜਲ, ਆਸ਼ੂ ਸ਼ਰਮਾ, ਸ਼ਾਇਰ ਪਰਮਜੀਤ ਮਿੰਟਾ ਵੀ ਹਾਜ਼ਰ ਸਨ। ਅੱਜ ਅਸੀਂ ਆਫੀਆ ਰੈਕਰਡਸ ਦੇ ਬੈਨਰ ਦੇ ਹੇਠ ਹੀ ਅਸੀਂ ਸਾਡੇ ਸਤਿਕਾਰਯੋਗ ਭਾਜੀ ਜਗਜੀਤ ਜੱਸੀ ਦਾ ਇੱਕ ਸੌਂਗ, ਸੋਸ਼ਲ ਸੌਂਗ ਜੀ, ਅੱਲਾ ਖੈਰ ਕਰੇ, ਅਸੀਂ ਰਿਲੀਜ਼ ਕੀਤਾ ਜੀ। ਸੋ ਇਸ ਨੂੰ ਰਿਲੀਜ਼ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਨੇ ਸਾਡੇ ਸ਼ਹਿਰ ਦਾ ਮਾਣ ਨਿੰਮਾ ਲੋਹਾਰਕਾ ਜੀ। ਅੱਛਾ, ਅਸੀਂ ਸੌਂਗ ਲੈ ਕੇ ਆਏ ਜੀ ਆਪਣੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ, ਅੱਲਾ ਖੈਰ ਕਰੇ, ਜੋ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਵੀ ਕਿਆਮਤ ਵਾਲੇ ਦਿਨ ਨੇੜੇ ਆ, ਬਹੁਤ ਸਮਾਂ ਨੇੜੇ ਆ ਜਿਹਨੂੰ ਕਿਆਮਤ ਕਿਆਮਤ ਦੁਨੀਆ ਕਰਦੀ ਆ, ਅਤੇ ਲੱਗਦਾ ਵੀ ਕਿਆਮਤ ਆ ਗਈ ਆ। ਸੋ ਸਾਡੇ ਜਾਗਣ ਦੀ ਲੋੜ ਆ, ਜੇ ਅਜੇ ਵੀ ਅਸੀਂ ਨਾ ਸੰਭਲੇ ਫਿਰ ਸ਼ਾਇਦ ਕੁਦਰਤ ਸਾਨੂੰ ਕਦੀ ਮਾਫ਼ ਨਹੀਂ ਕਰੇਗੀ।